ਇੰਡੀਅਨ ਟਾਈਮਸ ਡੇਲੀ ਤੇ ਤੁਹਾਡਾ ਸਾਰਿਆਂ ਦਾ ਸਵਾਗਤ ਹੈ। ਪੰਜਾਬ ਦੀਆਂ 10 ਮੁੱਖ ਖਬਰਾਂ ਹਨ। ਪੀਪੀਸੀਬੀ ਨੇ ਸਾਰੇ ਡਿਪਟੀ ਕਮਿਸ਼ਨਰਸ ਤੋਂ ਇਹ ਸੁਨਿਸ਼ਚਿਤ ਕਰਨ ਲਈ ਕਿਹਾ ਹੈ ਕਿ ਇਸ ਵਾਰ ਜਨਤਾ ਗ੍ਰੀਨ ਦੀਵਾਲੀ ਮਨਾਏ। ਦਿੱਲੀ ਵਿੱਚ ਪਟਾਕਿਆਂ ਉੱਤੇ ਰੋਕ ਲਗਾਉਣ ਦੇ ਬਾਅਦ ਪੰਜਾਬ ਦੇ ਬਾਜ਼ਾਰ ਵਿੱਚ ਪਟਾਕਿਆਂ ਦੀ ਬਾੜ ਜਿਹੀ ਆ ਗਈ ਹੈ। ਰਾਜ ਵਿੱਚ ਹਵਾ ਪ੍ਰਦੂਸ਼ਣ ਪਹਿਲਾਂ ਤੋਂ ਹੀ ਬਹੁਤ ਵੱਧ ਚੁੱਕਿਆ ਹੈ। ਹਰਿਆਣਾ ਸਰਕਾਰ ਆਪਣੇ ਰਾਜ ਵਿੱਚ ਫਸਲ ਦੀ ਪਰਾਲੀ ਦਾ ਪ੍ਰਬੰਧ ਕਰਨ ਲਈ 12 ਕਰੋੜ ਰੁਪਏ ਖਰਚ ਕਰੇਗੀ। ਕਿਸਾਨ ਗੇਹੂੰ ਅਤੇ ਧਾਨ ਦੀਆਂ ਫਸਲਾਂ ਤੇ ਖੋਲ ਜਲਾਣ ਦੇ ਹਨ ਜੋ ਵਾਤਾਵਰਣ ਅਤੇ ਸਿਹਤ ਲਈ ਹਾਨੀਕਾਰਕ ਹਨ। ਵੀਰਵਾਰ ਨੂੰ ਸਵਰਨ ਮੰਦਿਰ ਪਰਿਸਰ ਦੇ ਅੰਦਰ 2 ਵਿਰੋਧੀ ਸਿੱਖ ਸਮੂਹਾਂ ਵਿੱਚ ਹਿੰਸਕ ਝੜਪ ਹੋ ਗਈ। ਇਹ ਝੜਪ ਪਰਿਸਰ ਵਿੱਚ ਉਸ ਥਾਂ ਉੱਤੇ ਹੋਈ ਜਿੱਥੇ ਸਿੱਖਾਂ ਦਾ ਪਵਿੱਤਰ ਥਾਂ ਹਰਿਮੰਦਰ ਸਾਹਿਬ ਸਥਿਤ ਹੈ। ਇਸ ਹਿੰਸਾ ਵਿੱਚ ਕਈ ਲੋਕ ਜ਼ਖਮੀ ਹੋ ਗਏ। ਐਸਜੀਪੀਸੀ ਟਾਸਕ ਫੋਰਸ ਦੇ ਸਦੱਸਯ ਅਤੇ ਸਮਾਨਾਂਤਰ ਜਥੇਦਾਰਾਂ ਦੇ ਸਮਰਥਾਂ ਦੇ ਵਿੱਚ ਦੀ ਬਹਿਸ ਨੇ ਝਗੜੇ ਦਾ ਰੂਪ ਲੈ ਲਿੱਤਾ। ਐਸਡੀ ਨੇ ਰਾਜ ਸਰਕਾਰ ਤੋਂ ਪੈਟਰੋਲ ਅਤੇ ਡੀਜ਼ਲ ਅਤੇ ਵੈਟ ਵਿੱਚ ਕਮੀ ਲਿਆਉਣ ਦੀ ਮੰਗ ਕੀਤੀ ਹੈ। ਇਸ ਦੇ ਲਈ ਮਹਾਰਾਸ਼ਟਰ, ਗੁਜਰਾਤ ਅਤੇ ਹਿਮਾਚਲ ਪ੍ਰਦੇਸ਼ ਦੀ ਰਾਜ ਸਰਕਾਰਾਂ ਦਾ ਹਵਾਲਾ ਦਿੱਤਾ ਗਿਆ ਹੈ ਜਿਨ੍ਹਾਂ ਨੇ ਉਪਭੋਗਤਾਵਾਂ ਨੂੰ ਰਾਹਤ ਦਿੱਤੀ ਹੈ ਅਤੇ ਕਿਹਾ ਹੈ ਕਿ ਪੰਜਾਬ ਨੂੰ ਇਸ ਦਾ ਪਾਲਣ ਕਰਨਾ ਜ਼ਰੂਰੀ ਹੈ। ਪੰਜਾਬ ਦੇ ਸਾਬਕਾ ਮੁੱਖ ਮੰਤਰੀ CM ਬੇਅੰਤ ਸਿੰਘ ਦੇ ਪੋਤੇ ਗੁਰਇਕਬਾਲ ਸਿੰਘ ਦੀ ਪੰਜਾਬ ਪੁਲਿਸ ਵਿੱਚ DSP ਦੇ ਰੂਪ ਵਿੱਚ ਨਿਯੁਕਤੀ ਨਿਆਇਕ ਜਾਂਚ ਦੇ ਦਾਇਰੇ ਵਿੱਚ ਆ ਗਈ ਹੈ। ਦਿਵੰਗਤ ਮੁੱਖ ਮੰਤਰੀ ਦੀ 22 ਸਾਲ ਪਹਿਲਾਂ ਹੱਤਿਆ ਕਰ ਦਿੱਤੀ ਗਈ ਸੀ ਅਤੇ ਨਿਯਮਾਂ ਨੂੰ ਤਾਕ ਉੱਤੇ ਰੱਖ ਕੇ ਦਇਆਲੂਤਾ ਦੇ ਆਧਾਰ ਉੱਤੇ ਉਹਨਾਂ ਦੇ ਪੋਤੇ ਨੂੰ ਨਿਯੁਕਤ ਕੀਤਾ ਗਿਆ ਸੀ। ਪਾਕਿਸਤਾਨੀ ਤਸਕਰ ਨਸ਼ੀਲੇ ਪਦਾਰਥਾਂ ਨੂੰ ਅੰਤਰਰਾਸ਼ਟਰੀ ਸੀਮਾ ਪਾਰ ਕਰਕੇ ਭਾਰਤ ਵਿੱਚ ਪਹੁੰਚਾਉਣ ਲਈ ਟ੍ਰੇਨ ਕੋਟਾਖਾਰਾ ਦਾ ਇਸਤੇਮਾਲ ਕਰਨ ਲੱਗ ਪਏ ਹਨ। ਪੰਜਾਬ ਦੇ ਫਿਰੋਜ਼ਪੁਰ, ਗੁਰਦਾਸਪੁਰ ਅਤੇ ਅੰਮ੍ਰਿਤਸਰ ਜ਼ਿਲ੍ਹਿਆਂ ਵਿੱਚ 35 ਜਲ ਮਾਰਗ ਦਾ ਇਲਾਕਾ ਹੈ ਜਿਸ ਨੂੰ ਤਸਕਰ ਇਸਤੇਮਾਲ ਕਰ ਰਹੇ ਹਨ। ਰਾਜਨੇਤਾਵਾਂ ਨੇ ਅੰਮ੍ਰਿਤਸਰ ਵਿੱਚ ਗੁਬਨ ਦੇ ਆਕਾਰ ਦੇ ਗੋਲਡਨ ਐਂਟਰੈਂਸ ਦੇ ਖੰਭਿਆਂ ਉੱਤੇ ਹੋਰਡਿੰਗਸ ਅਤੇ ਬੰਟਿੰਗ ਚਿਪਕਾ ਦਿੱਤੇ ਹਨ। ਹਾਲਾਂਕਿ ਇਸ ਤੋਂ ਇੱਥੇ ਆਉਣ ਵਾਲਿਆਂ ਉੱਤੇ ਬੁਰਾ ਪ੍ਰਭਾਵ ਪੈਂਦਾ ਹੈ। ਇਸ ਦੀ ਖੂਬਸੂਰਤੀ ਨੂੰ ਖਰਾਬ ਕਰਨ ਉੱਤੇ ਇੱਥੇ ਦੇ ਜਾਗਰੂਕ ਨਾਗਰਿਕ ਨਾਰਾਜ਼ ਹਨ। 57 ਸਾਲਾਂ ਦੇ ਇੱਕ ਸਸਪੈਕਟਡ ISI ਏਜੰਟ ਇਹਸਾਨ ਉਲ ਹੱਕ ਨੂੰ ਜਲੰਧਰ ਦੇ ਇੱਕ ਪਿੰਡ ਤੋਂ ਗ੍ਰਿਫਤਾਰ ਕਰ ਲਿੱਤਾ ਗਿਆ ਹੈ। ਇੱਕ ਆਸਟ੍ਰੇਲੀਅਨ ਨਾਗਰਿਕ ਹੋਣ ਦੇ ਬਾਵਜੂਦ ਉਸਨੇ 2015 ਵਿੱਚ ਜਲੰਧਰ ਤੋਂ ਆਧਾਰ ਕਾਰਡ ਅਤੇ ਪੈਨ ਕਾਰਡ ਹਾਸਲ ਕੀਤਾ। ਕੇਂਦਰ ਸਰਕਾਰ ਨੂੰ ਇੱਕ ਅਨੁਰੋਧ ਯਾਚਿਕਾ ਦੇ ਚਲਦੇ ਨੋਟਿਸ ਜਾਰੀ ਕੀਤਾ ਗਿਆ ਹੈ ਜੋ ਅੰਗਰੇਜ਼ ਕੌਰ ਨਾਮ ਦੀ ਇੱਕ ਮਹਿਲਾ ਨੇ ਦਾਇਰ ਕੀਤੀ ਹੈ ਜਿਸ ਵਿੱਚ ਉਸਨੇ ਆਪਣੇ ਪਤੀ ਨੂੰ ਪਾਕਿਸਤਾਨ ਤੋਂ ਵਾਪਸ ਲਿਆਉਣ ਦੇ ਆਦੇਸ਼ ਦਿੱਤੇ ਜਾਣ ਦੀ ਮੰਗ ਕੀਤੀ ਹੈ। 1971 ਦੇ ਯੁੱਧ ਦੇ ਦੌਰਾਨ ਪਾਕਿਸਤਾਨ ਦੀ ਸੈਨਾ ਨੇ ਸੁਰਜੀਤ ਸਿੰਘ ਨੂੰ ਬੰਦੀ ਬਣਾ ਲਿੱਤਾ ਸੀ। ਬਾਲੀਵੁੱਡ ਦੇ ਅਭਿਨੇਤਰੀ ਰਾਕੇਸ਼ ਸਾਵੰਤ ਨੇ ਪੰਜਾਬ ਅਤੇ ਹਰਿਆਣਾ ਹਾਈਕੋਰਟ ਦਾ ਰੁਖ ਕੀਤਾ ਹੈ ਕਿਉਂਕਿ ਲੁਧਿਆਣਾ ਕੋਰਟ ਨੇ ਉਹਨਾਂ ਨੂੰ ਬੁਲਾਏ ਜਾਣ ਤੋਂ ਮਨਾ ਕਰ ਦਿੱਤਾ ਹੈ। ਇਸ ਵਕੀਲ ਨੇ ਰਾਖੀ ਉੱਤੇ ਭੜਕਾਊ ਟਿੱਪਣੀ ਕਰਨ ਦਾ ਆਰੋਪ ਲਗਾਇਆ ਹੈ ਜਿਸ ਤੋਂ ਵਾਲਮੀਕਿ ਸਮੁਦਾਇ ਦੀ ਧਾਰਮਿਕ ਭਾਵਨਾਵਾਂ ਨੂੰ ਠੇਸ ਪਹੁੰਚੀ ਸੀ। ਸਾਡੇ ਨਾਲ ਜੁੜੇ ਰਹੋ ਦੋਸਤੋ, ਅਸੀਂ ਭਾਰਤ ਅਤੇ ਅਮਰੀਕਾ ਦੀਆਂ ਮਹੱਤਵਪੂਰਨ ਖਬਰਾਂ ਦੇ ਨਾਲ ਜਲਦੀ ਵਾਪਸ ਆਵਾਂਗੇ।